ਸਤਿ ਸ਼੍ਰੀ ਅਕਾਲ ਜੀ, ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ। ਅੱਜ ਦੀ ਵੀਡੀਓ ਕੁੰਭ ਰਾਸ਼ੀ ਵਾਲਿਆਂ ਲਈ ਬਹੁਤ ਜ਼ਿਆਦਾ ਖਾਸ ਹੈ, ਕਿਉਂਕਿ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅਚਾਨਕ ਇੱਕੋ ਨਾਲ ਸਾਰੇ ਲੋਕ ਤੁਹਾਡੇ ਪਿੱਛੇ ਕਿਉਂ ਪੈ ਗਏ ਹਨ, ਤੇ ਇਸ ਦੇ ਨਾਲ ਨਾਲ ਦੱਸਾਂਗੇ ਕਿ 20 ਫਰਵਰੀ 2024 ਤੋਂ ਲੈ ਕੇ ਮਾਰਚ 2025 ਤੱਕ ਕੀ ਹੋਣ ਵਾਲਾ ਹੈ, ਮਤਲਬ ਤੁਹਾਡੇ ਜੀਵਨ ਵਿੱਚ ਕੁਝ ਤਾਂ ਵੱਡਾ ਹੋਣ ਵਾਲਾ ਹੈ। ਇਸ ਕਰਕੇ ਵੀਡੀਓ ਅੰਤ ਤੱਕ ਦੇਖਣਾ, ਕਿਉਂਕਿ ਅੱਧੀ ਅਧੂਰੀ ਜਾਣਕਾਰੀ ਤੁਹਾਡੇ ਲਈ ਹਾਨੀਕਾਰਕ ਸਿੱਧ ਹੋ ਸਕਦੀ ਹੈ। ਇਹ ਜੋ ਵੀਡੀਓ ਹੈ ਚੰਦਰ ਰਾਸ਼ੀ ਤੇ ਆਧਾਰਿਤ ਹੈ, ਠੀਕ ਹੈ। ਤੁਹਾਨੂੰ ਆਪਣੀ ਚੰਦਰ ਰਾਸ਼ੀ ਪਤਾ ਹੈ ਤਾਂ ਅੱਛੀ ਗੱਲ ਹੈ, ਜੇਕਰ ਨਹੀਂ ਪਤਾ ਹੈ ਤਾਂ ਤੁਸੀਂ ਨਾਮ ਦੇ ਜਾਂ ਲਗਨ ਦੇ ਅਨੁਸਾਰ ਵੀ ਇਸ ਜਾਣਕਾਰੀ ਨੂੰ ਦੇਖ ਸਕਦੇ ਹੋ। ਤੇ ਚਲੋ ਜੀ, ਸਭ ਤੋਂ ਪਹਿਲਾਂ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਸ਼ਨੀ ਤੁਹਾਡੀ ਯਾਨੀ ਕਿ ਸਵੈਮ ਦੀ ਰਾਸ਼ੀ ਕੁੰਭ ਵਿੱਚ ਬੈਠੇ ਹਨ, ਤਾਂ ਸ਼ਸ਼ ਨਾਮਕ ਰਾਜਯੋਗ ਪਦਮ ਸਿੰਘਾਸਨ ਰਾਜਯੋਗ ਬਣਦਾ ਹੈ। ਤੁਹਾਨੂੰ ਜ਼ਿਆਦਾ ਜੋਤਸ਼ੀ ਦੀ ਭਾਸ਼ਾ ਵਿੱਚ ਮੈਂ ਨਹੀਂ ਸਮਝਾਵਾਂਗੀ, ਸਿੰਪਲ ਭਾਸ਼ਾ ਵਿੱਚ ਦੱਸਦੀ ਹਾਂ, ਕਿਉਂਕਿ ਜੇ ਮੈਂ ਜ਼ਿਆਦਾ ਹੀ ਤੁਹਾਨੂੰ ਰਾਜਯੋਗ ਕੀ ਬਣ ਰਿਹਾ ਹੈ, ਰਾਹੂ ਕਿੱਥੇ ਬੈਠਾ ਹੈ ਜਾਂ ਸ਼ਨੀ ਕਿੱਥੇ ਬੈਠਾ ਹੈ, ਉਹ ਜੇ ਮੈਂ ਸਾਰਾ ਤੁਹਾਨੂੰ ਸਮਝਾਉਣ ਲੱਗ ਜਾਵਾਂਗੀ ਤਾਂ ਤੁਹਾਨੂੰ ਜੋ ਮੇਨ ਤੁਸੀਂ ਚੀਜ਼ ਸਮਝਣੀ ਹੈ ਉਹ ਤੁਸੀਂ ਨਹੀਂ ਸਮਝ ਪਾਓਗੇ, ਠੀਕ ਹੈ। ਸਿੰਪਲ ਭਾਸ਼ਾ ਵਿੱਚ ਗੱਲ ਕਰਾਂਗੇ, ਜੋ ਕਿ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਤੁਹਾਡੇ ਵਾਸਤੇ ਇੰਟਰਸਟਿੰਗ ਹੋਣ ਵਾਲੀ ਹੈ। ਹੁਣ ਮੈਂ ਤੁਹਾਨੂੰ ਦੱਸ ਦੇਵਾਂ ਕਿ ਤੁਸੀਂ ਹੈਰਾਨ ਹੋ ਜਾਓਗੇ ਕਿ ਸ਼ਨੀ ਦੇ ਅੱਗੇ ਜੋ ਰਾਹੂ ਬੈਠਾ ਹੈ ਉਹ ਧਨ ਦੇ ਘਰ ਵਿੱਚ ਬੈਠਾ ਹੈ। ਇਹ ਗੱਲ ਬੜੀ ਇੰਪੋਰਟੈਂਟ ਹੈ। ਅੱਜ ਤੁਹਾਨੂੰ ਇੱਕ ਕੜਵੀ ਸੱਚਾਈ ਮੈਂ ਦੱਸਦੀ ਹਾਂ ਕਿ ਜੀਵਨ ਵਿੱਚ ਤੁਸੀਂ ਸਭ ਨੂੰ ਨਾਲ ਲੈ ਕੇ ਚੱਲਦੇ ਹੋ, ਹੈ ਨਾ, ਪਰ ਐਕਚੁਅਲੀ ਦੇਖਿਆ ਜਾਵੇ ਤਾਂ ਤੁਹਾਡੀ ਪਰਿਸਥਿਤੀ, ਤੁਹਾਡੀ ਹਾਲਤ ਜੋ ਹੈ 2018-2019 ਤੋਂ ਹੀ ਖਰਾਬ ਹੋਈ ਪਈ ਸੀ। 2019 ਤੋਂ ਹੀ ਤੁਹਾਡਾ ਸਭ ਕੁਝ ਬਰਬਾਦ ਹੋਇਆ, ਆਪਣਾ ਘਰ ਛੁੱਟਿਆ, ਮਾਤਾ ਜੀ ਦੀ ਮੌਤ ਹੋਈ, ਪਿਤਾ ਜੀ ਦੀ ਸਿਹਤ ਖਰਾਬ ਹੋਈ, ਜਾਂ ਫਿਰ ਇਹੋ ਜੇ ਸਥਿਤੀ ਹੋਈ ਕਿ ਪਿਤਾ ਜੀ ਦੀ ਹਾਲਤ ਇਸ ਤਰ੍ਹਾਂ ਹੋ ਗਈ ਕਿ ਸਿਰਫ ਉਹ ਜਿੰਦਾ ਹੀ ਹਨ, ਜਾਂ ਫਿਰ ਤੁਹਾਡੇ ਕਾਰਨ ਜਾਂ ਪਿਤਾ ਜੀ ਦੇ ਕਾਰਨ ਤੁਹਾਡੇ ਜੀਵਨ ਵਿੱਚ ਬਹੁਤ ਪਰੇਸ਼ਾਨੀਆਂ ਆਈਆਂ। ਇਸ ਤੋਂ ਇਲਾਵਾ ਜਦੋਂ ਰਾਹੂ ਤੀਜੇ ਭਾਵ ਵਿੱਚ ਗਿਆ ਤਾਂ ਟ੍ਰਾਂਸਫਰ ਹੋਈ, ਬਹੁਤ ਜ਼ਿਆਦਾ ਪੈਸਿਆਂ ਦਾ ਨੁਕਸਾਨ ਕਰਵਾਇਆ, ਕਿਉਂਕਿ ਰਾਹੂ ਨੀਚ ਦਾ ਸੀ। ਜਾਂ ਫਿਰ ਐਵੇਂ ਵੀ ਕਹਿ ਸਕਦੇ ਹਾਂ ਕਿ 2021 ਤੋਂ 2023 ਦੇ ਵਿਚਕਾਰ ਤੁਸੀਂ ਪੈਸੇ ਤੋਂ ਮੋਹਤਾਜ ਹੋ ਗਏ ਸੀ। ਜਿਹੜੇ ਕਹਿੰਦੇ ਸੀ ਨਾ ਕਿ ਮੈਂ ਆਪਣਾ ਤੁਹਾਡਾ ਭਰਾ ਹਾਂ, ਮੈਂ ਤੁਹਾਡਾ ਆਪਣਾ ਵਾਂ, ਹੈ ਨਾ, ਮੈਂ ਤੁਹਾਡੀ ਭੈਣ ਹਾਂ, ਦੋਸਤ ਹਾਂ, ਰਿਸ਼ਤੇਦਾਰੇ ਹਾਂ, ਸਭ ਕੁਝ ਉਹਨਾਂ ਨੇ ਬਰਬਾਦ ਕਰ ਦਿੱਤਾ ਸੀ। ਕੋਈ ਤੁਹਾਡੇ ਅੱਗੇ ਨਹੀਂ ਆਇਆ, ਕੋਈ ਤੁਹਾਡੇ ਨਾਲ ਨਹੀਂ ਆਇਆ, ਹੈ ਨਾ। ਜੀਵਨ ਸਾਥੀ ਨਾਲ ਵੀ ਤੁਸੀਂ ਅਲੱਗ ਹੋ ਗਏ। ਰਾਹੂ ਨੇ ਗਲਤ ਵਿਆਹ ਵੀ ਕਰਵਾ ਦਿੱਤਾ, ਪਰ ਇਸ ਵੇਲੇ ਕੇਤੂ ਜੋ ਸੀ ਨਾ ਉਹ ਤੁਹਾਡੇ ਭਾਗ ਵਾਲੇ ਸਥਾਨ ਤੇ ਸੀ, ਤਾਂ ਕੇਤੂ ਨੇ ਤੁਹਾਡੀ ਬੁੱਧੀ ਨੂੰ ਤਾਂ ਭ੍ਰਮਿਤ ਕੀਤਾ ਹੀ ਕੀਤਾ, ਪਰ ਪਤਾ ਨਹੀਂ ਕਿੰਨੇ ਕੋਰਟ ਕਚਹਿਰੀਆਂ ਦੇ ਚੱਕਰ, ਮਾਨਸਿਕ ਤਣਾਅ ਕਿ ਡਾਕਟਰ ਕੋਲ ਜਾਣ ਦੀ ਵੀ ਤੁਹਾਡੀ ਨੌਬਤ ਆ ਗਈ ਸੀ। ਇਸ ਤੋਂ ਇਲਾਵਾ ਸੰਤਾਨ ਪੱਖ ਤੋਂ ਤਾਂ ਦੂਰੀਆਂ ਬਣਾਈਆਂ ਹੀ ਬਣਾਈਆਂ, ਬਦਨਾਮੀ ਤਾਂ ਭਰ ਭਰ ਕੇ ਕਰਵਾਈ। ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੇ ਤੁਸੀਂ ਵੀ ਇਹਨਾਂ ਪਰੇਸ਼ਾਨੀਆਂ ਤੋਂ ਨਿਕਲੇ ਹੋ ਪਿਛਲੇ ਸਾਲਾਂ ਵਿੱਚ। ਚਲੋ ਠੀਕ ਹੈ,
ਹੁਣ ਹੋਇਆ ਕਿ ਅਚਾਨਕ ਸਾਰਿਆਂ ਨੂੰ ਅਚਾਨਕ ਜਿੰਨੇ ਵੀ ਲੋਕ ਸੀ ਨਾ ਸਾਰੇ ਤੁਹਾਡੇ ਪਿੱਛੇ ਪੈ ਗਏ। ਕਿਉਂ? ਕਿਉਂਕਿ ਹੁਣ ਤੁਹਾਡੀ ਤਰੱਕੀ ਉਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਹੈ। ਜਿਵੇਂ ਕਿ ਅਗਲੇ 5 ਮਹੀਨਿਆਂ ਵਿੱਚ ਜਦੋਂ ਰਾਹੂ ਮੀਨ ਰਾਸ਼ੀ ਵਿੱਚ ਆਏ ਤਾਂ ਹੋਇਆ ਕਿ ਲੋਕਾਂ ਨੇ ਤੁਹਾਨੂੰ ਬਹੁਤ ਦਬਾਇਆ ਸੀ, ਠੀਕ ਹੈ, ਬਹੁਤ ਦਬਾਇਆ, ਚੁਕਾਇਆ, ਗਰੀਬ ਬਣਾਇਆ। ਤਾਂ ਲੋਕਾਂ ਨੇ ਕੀ ਸੋਚਿਆ ਕਿ ਹੁਣ ਤਾਂ ਇਹ ਬਰਬਾਦ ਹੋ ਜਾਏਗਾ ਜਾਂ ਹੋ ਜਾਏਗੀ। ਪਰ ਹੁਣ ਰਾਹੂ ਹੋ ਗਿਆ ਹੈ ਮਜ਼ਬੂਤ। ਜਿਵੇਂ ਹੀ ਰਾਹੂ ਮਜ਼ਬੂਤ ਹੋਇਆ ਹੈ, ਹੁਣ ਮੈਂ ਵਰਤਮਾਨ ਸਥਿਤੀ ਦੀ ਗੱਲ ਕਰ ਰਹੀ ਹਾਂ, 20 ਫਰਵਰੀ ਤੋਂ ਰਾਹੂ ਹੁਣ ਤੁਹਾਡੇ ਵਿੱਚ ਕੌਨਫੀਡੈਂਸ ਲਿਆ ਰਿਹਾ ਹੈ। ਤੁਸੀਂ ਲੋਕਾਂ ਦੇ ਅੱਗੇ ਆਪਣੀ ਗੱਲ ਰੱਖਣੀ ਸ਼ੁਰੂ ਕਰੋਗੇ, ਆਪਣੀਆਂ ਗੱਲਾਂ ਰੱਖਣੀਆਂ ਸ਼ੁਰੂ ਕਰੋਗੇ। ਜਿਹੜੇ ਜਿਹੜੇ ਲੋਕਾਂ ਨੇ ਤੁਹਾਡਾ ਅਪਮਾਨ ਕੀਤਾ ਸੀ ਉਹਨਾਂ ਨੂੰ ਜਵਾਬ ਦੇਣਾ ਤੁਸੀਂ ਸ਼ੁਰੂ ਕੀਤਾ ਹੈ। ਲੋਕਾਂ ਨੂੰ ਕੀ ਲੱਗਦਾ ਸੀ, ਅਰੇ ਯਾਰ ਇਹ ਕੀ ਬੋਲੇਗਾ, ਇਹਦੀ ਤਾਂ ਜ਼ਬਾਨ ਹੀ ਨਹੀਂ ਹੈ, ਇਸ ਨੂੰ ਤਾਂ ਕੁਝ ਸਮਝਦਾ ਹੀ ਨਹੀਂ ਹੈ, ਇਹਨੂੰ ਕੋਈ ਕਿਸੇ ਵੀ ਚੀਜ਼ ਦੀ ਸਮਝ ਨਹੀਂ ਆਉਂਦੀ, ਇਹਨੂੰ ਕੀ ਪਤਾ ਪੈਸੇ ਕਿੱਥੋਂ ਆਉਂਦੇ ਹਨ। ਕਿਉਂਕਿ ਤੁਸੀਂ ਸ਼ੁਰੂ ਤੋਂ ਹੀ ਦੂਜਿਆਂ ਤੇ ਡਿਪੈਂਡ ਰਹਿ ਕੇ ਆਪਣੇ ਕੰਮ ਚਲਾਉਂਦੇ ਹੋ ਨਾ। ਪਰ ਹੁਣ ਉਹ ਲੋਕਾਂ ਨੂੰ ਪਤਾ ਨਹੀਂ ਹੈ ਕਿ ਹੁਣ ਕੁੰਭ ਰਾਸ਼ੀ ਵਾਲਿਆਂ ਦਾ ਟ੍ਰਾਂਸਫਾਰਮੇਸ਼ਨ ਹੋਣ ਵਾਲਾ ਹੈ, ਤਾਂ ਉਹ ਕੁਝ ਵੀ ਕਰ ਸਕਦੇ ਹਨ। ਹੁਣ ਜਿਵੇਂ ਹੀ ਰਾਹੂ ਧਨ ਦੇ ਭਾਵ ਵਿੱਚ ਆਇਆ ਹੈ ਤੇ ਸ਼ਨੀ ਤੋਂ ਧਨ ਦੇ ਭਾਵ ਦਾ ਮਾਲਿਕ ਹੋਇਆ, ਹੁਣ ਤੁਸੀਂ ਆਪਣਾ ਡਿਸੀਜ਼ਨ ਲੈਣਾ ਚਾਲੂ ਕਰ ਦਿੱਤਾ। ਤਾਂ ਹੁਣ ਲੋਕਾਂ ਨੂੰ ਲੱਗਣ ਲੱਗ ਗਿਆ ਕਿ ਹਾਏ ਇਹ ਤਾਂ ਹੁਣ ਅੱਗੇ ਵਧਣ ਲੱਗ ਪਿਆ, ਹੁਣ ਇੰਡੀਪੈਂਡੈਂਟ ਹੋ ਕੇ ਪੈਸਾ ਕਮਾਉਣਾ ਸ਼ੁਰੂ ਕਰ ਦਿੱਤਾ, ਤੇ ਹੁਣ ਤੁਹਾਡੇ ਕੋਲ ਜਿਵੇਂ ਕਿ ਪੈਸਾ ਆਉਣਾ ਸ਼ੁਰੂ ਹੋ ਗਿਆ ਹੈ ਤੇ ਲੋਕਾਂ ਨੂੰ ਹੁਣ ਲੱਗ ਰਿਹਾ ਹੈ ਕਿ ਇਹਨਾਂ ਦੇ ਨਾਲ ਫਿਰ ਤੋਂ ਦੋਸਤੀ ਕੀਤੀ ਜਾਵੇ, ਫਿਰ ਤੋਂ ਇਹਨਾਂ ਨਾਲ ਅੱਛਾ ਰਿਸ਼ਤਾ ਬਣਾਇਆ ਜਾਵੇ। ਪਰ ਲੋਕਾਂ ਨੂੰ ਹੁਣ ਇਹ ਨਹੀਂ ਪਤਾ ਕਿ ਰਾਹੂ ਹੁਣ ਦਿੱਤੀਏ ਭਾਵ ਵਿੱਚ ਆਣ ਕਰਕੇ ਹੁਣ ਤੁਹਾਡੀ ਜ਼ਬਾਨ ਵੀ ਖੋਲ ਦਿੱਤੀ ਹੈ। ਰਾਹੂ ਨੇ ਤੁਹਾਡੀ ਜ਼ਬਾਨ ਹੁਣ ਖੁੱਲ ਗਈ ਹੈ, ਜਿਹਨੂੰ ਆਣਾ ਹੈ ਆ ਜਾਓ। ਇਹ ਸਭ ਤੁਸੀਂ ਬੁਰੇ ਵਕਤ ਤੋਂ ਸਿੱਖਿਆ ਹੈ, ਹੁਣ ਤੁਸੀਂ ਸਟਰੋਂਗ ਬਣ ਗਏ ਹੋ, ਹੁਣ ਤੁਹਾਡੇ ਕੋਲ ਮਨੀ ਸੇਵਿੰਗ ਹੋਣ ਲੱਗੀ ਹੈ। ਇੱਕੋ ਰਿਸ਼ਤੇ ਵਿੱਚ ਰਹਿ ਰਹਿ ਕੇ ਤੁਸੀਂ ਡਿਪਰੈਸ਼ਨ, ਤੁਹਾਡੇ ਵਿੱਚ ਡਿਪਰੈਸ਼ਨ ਆ ਗਿਆ ਸੀ, ਹੁਣ ਤਨਾਵ ਵਿੱਚ ਰਹਿੰਦੇ ਸੀ, ਪਰ ਹੁਣ ਬਸ ਹੁਣ ਕੁੰਭ ਰਾਸ਼ੀ ਵਾਲੇ ਕੀ ਬੋਲਣਗੇ, ਹੁਣ ਮੇਰੀ ਲਾਈਫ ਹੈ, ਬੋਲ ਵੀ ਰਹੇ ਹਨ, ਉਹਨਾਂ ਦਾ ਇਸ ਤਰ੍ਹਾਂ ਚੱਲ ਰਿਹਾ ਕਿਉਂਕਿ ਰਾਹੂ ਆ ਗਿਆ ਹੈ, ਤੇ ਹੁਣ ਬਸ ਮੇਰੀ ਲਾਈਫ ਹੈ, ਮੈਂ ਚੱਲਾਂਗਾ ਜਾਂ ਚੱਲਾਂਗੀ ਆਪਣੀ ਮਰਜ਼ੀ ਦੇ ਅਨੁਸਾਰ। ਹੁਣ ਰਾਹੂ ਧਨ ਦੇ ਭਾਵ ਵਿੱਚ ਹੈ ਤਾਂ ਤੁਹਾਡਾ ਆਪਣਾ ਮਕਾਨ, ਪ੍ਰੋਪਰਟੀ, ਗੱਡੀ ਬਣਨ ਦਾ ਯੋਗ ਚਾਲੂ ਹੋਵੇਗਾ। ਇੱਕ ਰਿਸ਼ਤੇ ਗਏ ਤੇ ਗਏ, ਦੁੱਖ ਹੋਇਆ, ਡਿਪਰੈਸ਼ਨ ਹੋਇਆ, ਪਰੇਸ਼ਾਨੀ ਹੋਈ, ਸੁਸਾਈਡ ਤੱਕ ਦੀ ਸਥਿਤੀ ਬਣ ਗਈ ਸੀ ਇੱਕ ਵਾਰੀ ਤੁਹਾਡੀ, ਪਰ ਹੁਣ ਰਿਸ਼ਤਾ ਸੁਧਰੇ ਤਾਂ ਠੀਕ ਹੈ, ਨਹੀਂ ਸੁਧਰੇ ਤਾਂ ਬਈ ਸਾਈਡ ਹੋ ਜਾਓ। ਮੈਂ ਆਪਣੀ ਲਾਈਫ ਵਿੱਚ ਕੋਈ ਜੇਕਰ ਅੱਗੇ ਜਾ ਕੇ ਫਿਊਚਰ ਵਿੱਚ ਅੱਛਾ ਰਿਸ਼ਤਾ ਮਿਲੇਗਾ ਤਾਂ ਕਨੈਕਟ ਹੋ ਜਾਵਾਂਗਾ ਜਾਂ ਜਾਵਾਂਗੀ। ਭਾਵੇਂ ਤੁਹਾਨੂੰ ਛੋੜਨਾ ਹੈ ਤਾਂ ਛੋੜੋ, ਨਹੀਂ ਤਾਂ ਨਾ ਛੋੜੋ। ਇਸ ਤੋਂ ਅਲਾਵਾ ਧਨ ਭਾਵ ਵਾਲਾ ਰਾਹੂ ਪਿਤਾ ਜੀ ਨਾਲ ਤੁਹਾਡੇ ਸੰਬੰਧ ਠੀਕ ਕਰ ਰਿਹਾ ਹੈ, ਪਿਤਾ ਵੱਲੋਂ ਕੋਈ ਸੰਪਤੀ ਬਣਨ ਦੇ ਯੋਗ ਵੀ ਦਿਖ ਰਹੇ ਹਨ। ਇਸ ਤੋਂ ਅਲਾਵਾ ਕੰਮ ਦੇ ਖੇਤਰ ਵਿੱਚ ਦ੍ਰਿਸ਼ਟੀ ਪੈਣ ਦੇ ਕਾਰਨ ਨਵੀਂ ਨੌਕਰੀ ਤੇ ਵਪਾਰ ਦੇ ਯੋਗ ਤੋਂ ਅਲਾਵਾ
ਪੋਲੀਟੀਕਲ ਪਾਵਰ ਹੋਵੇ ਜਾਂ ਪਰਿਵਾਰਿਕ ਪਾਵਰ ਹੋਵੇ ਜਾਂ ਸਮਾਜਿਕ ਪਾਵਰ ਹੋਵੇ ਜਾਂ ਸਰਕਾਰੀ ਵਿਭਾਗ ਨਾਲ ਰਿਲੇਟਿਡ ਪ੍ਰਸ਼ਾਸਨਿਕ ਪਾਵਰ ਹੋਵੇ, ਉਹ ਵੀ ਹੁਣ ਮਜ਼ਬੂਤ ਹੁੰਦੀ ਨਜ਼ਰ ਆ ਰਹੀ ਹੈ। ਤੁਹਾਡੇ ਜੀਵਨ ਵਿੱਚ ਦੁੱਖ ਕਿਉਂ ਹੁੰਦਾ ਹੈ? ਕਿਉਂਕਿ ਤੁਸੀਂ ਬੋਲਦੇ ਹੀ ਨਹੀਂ ਸੀ, ਪਰ ਹੁਣ ਤਾਂ ਤੁਹਾਡੀ ਜ਼ਬਾਨ ਖੁੱਲ ਗਈ ਹੈ, ਕਿਉਂਕਿ ਜਦੋਂ ਤੱਕ ਮੂੰਹ ਬੰਦ ਸੀ ਤੁਸੀਂ ਕੀ ਕੀਤਾ, ਮੇਰਾ ਇਮੋਸ਼ਨਸ ਦਾ ਦੁੱਖ ਦਾ ਫਾਇਦਾ ਉਠਾਇਆ, ਮੇਰੇ ਸਰੀਰ ਦਾ ਫਾਇਦਾ ਉਠਾਇਆ, ਮੇਰੇ ਪੈਸਿਆਂ ਦਾ ਫਾਇਦਾ ਉਠਾਇਆ, ਮੇਰੇ ਨਾਲ ਧੋਖਾ ਹੋਇਆ, ਬਈ ਹੁਣ ਤਾਂ ਕੁਝ ਨਹੀਂ ਹੋ ਸਕਦਾ, ਤੁਸੀਂ ਲੋਕਾਂ ਨੇ ਹੀ ਮੈਨੂੰ ਇਸ ਮੁਕਾਮ ਤੇ ਪਹੁੰਚਾਇਆ ਹੈ, ਇਹ ਕੁੰਭ ਰਾਸ਼ੀ ਵਾਲੇ ਹੁਣ ਸੋਚ ਰਹੇ ਹਨ, ਤੇ ਹੁਣ ਮੈਂ ਲੜਾਂਗੀ ਜਾਂ ਲੜਾਂਗਾ, ਜੋ ਕਰਨਾ ਹੈ ਕਰ ਲਵੋ, ਹੁਣ ਕੁੰਭ ਰਾਸ਼ੀ ਵਾਲੇ ਨਹੀਂ ਡਰਨ ਵਾਲੇ। ਹਾਂ, ਇੱਜ਼ਤ ਗਈ, ਇਸ ਬਾਰੇ ਐਗਰੀ ਹੈ, ਇੱਜ਼ਤ ਗਈ, ਪਰ ਹੁਣ ਕੋਈ ਪਰਵਾਹ ਨਹੀਂ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਹੁਣ ਪਤਾ ਚੱਲ ਗਿਆ ਹੈ ਕਿ ਜੀਵਨ ਵਿੱਚ ਅੱਗੇ ਵਧਣਾ ਹੈ, ਪੈਸਾ ਕਮਾਉਣਾ ਹੈ ਤਾਂ ਜ਼ਬਾਨ ਤਾਂ ਖੋਲਣੀ ਜ਼ਰੂਰੀ ਹੈ। ਕਿਸੇ ਤੋਂ ਡਰ ਡਰ ਕੇ ਤੁਸੀਂ ਅੱਗੇ ਨਹੀਂ ਵੱਧ ਸਕਦੇ, ਜਿੰਨਾ ਡਰੋਗੇ ਉਨਾ ਲੋਕੀ ਤੁਹਾਨੂੰ ਦਬਾਉਂਦੇ ਹਨ ਕਿ ਲੋਕ ਤੁਹਾਡੇ ਇਸੇ ਕਰਕੇ ਜੋ ਮੈਂ ਟਾਈਟਲ ਵਿੱਚ ਲਿਖਿਆ ਹੈ, ਵੀਡੀਓ ਦੀ ਸਟਾਰਟਿੰਗ ਵਿੱਚ ਵੀ ਦੱਸਿਆ ਹੈ ਕਿ ਲੋਕ ਤੁਹਾਡੇ ਹੁਣ ਪਿੱਛੇ ਪੈ ਗਏ ਹਨ ਕਿ ਬਈ ਤੁਸੀਂ ਹੁਣ ਤਰੱਕੀ ਕਰਨ ਲੱਗੇ ਹੋ ਤੇ ਚਲੋ ਮੈਨੂੰ ਵੀ ਹੁਣ ਨਾਲ ਲੈ ਕੇ ਚੱਲੋ। ਇਹੀ ਕਾਰਨ ਹੈ ਕਿ ਲੋਕ ਤੁਹਾਡੇ ਪਿੱਛੇ ਪੈ ਗਏ ਹਨ, ਕਿਉਂਕਿ ਤੁਹਾਡਾ ਹੁਣ ਟਾਈਮ ਆ ਗਿਆ ਨਾ ਤੁਹਾਡਾ, ਤਾਂ ਇਹ ਲੋਕਾਂ ਨਾਲ ਸੋਚ ਸਮਝ ਕੇ ਰਹਿਣਾ ਹੈ ਤੁਸੀਂ। ਇਸ ਤੋਂ ਇਲਾਵਾ ਅਸ਼ਟਮ ਭਾਵ ਵਿੱਚ ਕੇਤੂ ਬੈਠਣ ਦੇ ਕਾਰਨ ਧਿਆਨ ਨਾਲ ਸੁਣੋ ਮੇਰੀ ਵੀਡੀਓ ਤੇ ਸਮਝਣ ਦੀ ਕੋਸ਼ਿਸ਼ ਕਰੋ ਕਿ ਕੇਤੂ ਅਸ਼ਟਮ ਭਾਵ ਵਿੱਚ ਕੇਤੂ ਬੈਠਣ ਦੇ ਕਾਰਨ ਬਾਰ ਬਾਰ ਜੋ ਤੁਹਾਨੂੰ ਡਿਪਰੈਸ਼ਨ ਹੁੰਦਾ ਸੀ, ਸੁਸਾਈਡ ਅਟੈਂਪਟ ਹੁੰਦਾ ਸੀ, ਕੱਲੇ ਰਹਿੰਦੇ ਸੀ, ਕਿਸੇ ਨਾਲ ਗੱਲ ਨਹੀਂ ਕਰਦੇ ਸੀ, ਤੁਹਾਡਾ ਆਪਣਾ ਘਰ ਵੀ ਗਿਆ, ਪਰ ਹੁਣ ਲੜ ਕੇ ਆਪਣਾ ਹੱਕ ਲੈਣਾ ਚਾਲੂ ਕਰ ਦਿੱਤਾ ਹੈ। ਜੋ ਕਰਨਾ ਹੈ ਕਰ ਲੋ, ਮੈਂ ਆਪਣਾ ਹੱਕ ਲੈ ਕੇ ਰਵਾਂਗਾ। ਅਖੀਰ ਵਿੱਚ ਦੱਸ ਦੇਵਾਂ ਕਿ ਬਸ ਹੁਣ ਨਵੀਂ ਨੌਕਰੀ ਲੱਗੇਗੀ, ਵਪਾਰ ਵਿੱਚ ਵਾਧਾ ਹੋਏਗਾ, ਵਿਦੇਸ਼ ਯਾਤਰਾ ਦਾ ਯੋਗ ਵੀ ਬਹੁਤ ਅੱਛਾ ਦਿਖਾਈ ਦੇ ਰਿਹਾ ਹੈ। 3 ਸਾਲਾਂ ਤੋਂ ਜਿਨ੍ਹਾਂ ਦੇ ਪਿੱਛੇ ਤੁਸੀਂ ਕੁੱਤਿਆਂ ਵਾਂਗ ਪਿੱਛੇ ਪਿੱਛੇ ਘੁੰਮ ਰਹੇ ਸੀ, ਹੁਣ ਉਹ ਲੋਕ ਸਾਹਮਣੇ ਤੋਂ ਆ ਕੇ ਤੁਹਾਡੇ ਨਾਲ ਗੱਲ ਕਰਨਗੇ। ਪਰ ਇੱਕ ਗੱਲ ਦਾ ਧਿਆਨ ਰੱਖਣਾ, ਜੇਕਰ ਇੱਕ ਵਾਰ ਸੱਪ ਨੇ ਤੁਹਾਨੂੰ ਕੱਟ ਲਿੱਤਾ ਹੈ ਨਾ, ਤੇ ਦੂਜੀ ਵਾਰ ਬੋਲੇ ਕਿ ਮੈਂ ਹੁਣ ਨਹੀਂ ਕੱਟਾਂਗਾ, ਤਾਂ ਹੋ ਸਕਦਾ ਹੈ ਕਿ ਨਾ ਕੱਟੇ, ਪਰ ਸੱਪ ਤਾਂ ਸੱਪ ਹੀ ਹੁੰਦਾ ਹੈ, ਹੈ ਨਾ, ਜਾਂ ਤਾਂ ਉਹ ਆਪਣੇ ਫਾਇਦੇ ਵਾਸਤੇ ਤੁਹਾਡੇ ਕੋਲ ਆਏਗਾ ਜਾਂ ਦੱਸਣ ਵਾਸਤੇ ਆਏਗਾ। ਇਸ ਗੱਲ ਦਾ ਤੁਹਾਨੂੰ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਵੈਸੇ ਜੁਲਾਈ ਤੋਂ ਬਾਅਦ ਤਾਂ ਰਾਹੂ ਹੋਰ ਖੂੰਖਾਰ ਹੋ ਜਾਏਗਾ, ਜੁਲਾਈ ਤੋਂ ਬਾਅਦ ਖੁਦ ਦੀ ਸੰਪਤੀ ਵਾਹਨ ਗੱਡੀ ਬਣੇਗੀ, ਜਿਨ੍ਹਾਂ ਦਾ ਵਿਆਹ ਖਰਾਬ ਹੋ ਚੁੱਕਿਆ ਹੈ ਤਾਂ ਦੂਜੇ ਵਿਆਹ ਦਾ ਯੋਗ ਵੀ ਬਣੇਗਾ, ਡਿਵੋਰਸ ਦਾ ਵੀ ਯੋਗ ਬਣੇਗੇ। ਜੋ ਸੀਨੀਅਰ ਸਨ ਤੁਹਾਡੀਆਂ ਗਲਤੀਆਂ ਕਰਦੇ ਸਨ, ਹੁਣ ਉਹ ਵੀ ਚੁੱਪ ਕਰ ਜਾਣਗੇ, ਕਿਉਂਕਿ ਤੁਹਾਡੀ ਜ਼ਬਾਨ ਖੁੱਲ ਗਈ ਹੈ। ਹੁਣ 20 ਫਰਵਰੀ ਤੋਂ ਲੈ ਕੇ ਮਾਰਚ 2025 ਤੱਕ ਤਾਂ ਜੀਵਨ ਤੁਹਾਡਾ ਬਦਲਣ ਹੀ ਵਾਲਾ ਹੈ। ਸੋ ਐਸੀ ਅੱਜ ਦੀ ਮੇਰੀ ਜਾਣਕਾਰੀ, ਜੇਕਰ ਤੁਹਾਨੂੰ ਮੇਰੀ ਦਿੱਤੀ ਹੋਈ ਜਾਣਕਾਰੀ ਅੱਛੀ ਲੱਗੀ ਹੈ ਤਾਂ ਜ਼ਰੂਰ
ਲਾਈਕ ਤੇ ਕਮੈਂਟ ਕਰਨਾ, ਕਮੈਂਟ ਵਿੱਚ ਆਪਣਾ ਫੀਡਬੈਕ ਜਰੂਰ ਦੇਣਾ ਜੀ। ਤੁਹਾਡੇ ਨਾਲ ਜੋ ਜੋ ਹੋਇਆ ਹੈ, ਮੈਂ ਸਹੀ ਦੱਸਿਆ ਹੈ ਜਾਂ ਫਿਰ ਹੁਣ ਹੋਏਗਾ, ਉਹ ਸਭ ਤੁਹਾਡੀ ਲਾਈਫ ਵਿੱਚ ਚੱਲ ਰਿਹਾ ਹੈ ਜਾਂ ਨਹੀਂ। ਇਸ ਨਾਲ ਸਾਨੂੰ ਮੋਟੀਵੇਟ ਮਿਲਦਾ ਹੈ, ਮੋਟੀਵੇਸ਼ਨ ਮਿਲਦਾ ਹੈ, ਤੇ ਮੋਟੀਵੇਟ ਹੋ ਕੇ ਤੁਹਾਡੇ ਵਾਸਤੇ ਹੋਰ ਵਧੀਆ ਵਧੀਆ ਵੀਡੀਓਜ਼ ਅਸੀਂ ਲੈ ਕੇ ਆਉਂਦੇ ਹਾਂ। ਜਿਨ੍ਹਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਤੇ ਚਲੋ ਜੀ, ਹੁਣ ਮੈਨੂੰ ਇਜਾਜ਼ਤ ਦਿਓ, ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ।